ਹਾਂਜੀ, ਕਿੱਦਾਂ ਸਰ, ਕੀ ਹਾਲ ਚਾਲ ਆ? ਹੋਪ ਸੋ ਸਾਰਿਆਂ ਨੇ ਵਧੀਆ ਤੇ ਠੀਕ ਠਾਕ ਹੋਣਗੇ। ਵੈਲਕਮ ਅਗੇਨ ਟੂ ਕਰਨ ਦੱਤਾ ਵੰਸ਼। ਮੇਰੀ ਜ਼ਿੰਦਗੀ ਵੀ ਜੇਠਾ ਲਾਲ ਨਾਲੋਂ ਘੱਟ ਨਹੀਂ, ਉਹ ਰੀਅਲ ਲਾਈਫ 'ਚ, ਅਤੇ ਮੈਂ ਰੀਅਲ ਲਾਈਫ 'ਚ ਜੇਠਾ ਲਾਲ ਹੋ ਚੁੱਕਾ, ਕਿਉਂਕਿ ਇੱਕ ਮੁਸੀਬਤ ਜਾਂਦੀ ਦੂਜੀ ਆਉਂਦੀ। ਅੱਜ ਵੀ ਤਰੀਕ ਸੀ ਕੋਰਟ ਦੀ, ਉੱਧਰ ਵਾਪਸ ਆਇਆ, ਇੱਕ ਹੋਰ ਸੰਮਨ ਆਇਆ ਪਿਆ ਘਰੇ, ਅੱਗੇ ਪੜਿਆ ਤਾਂ ਡਿਜੀਟਲ ਮੰਗਤੇ, ਮੈਂ ਜੋ ਇੰਟਰਨੈਸ਼ਨਲ ਮੰਗਤੇ ਆਏ ਪਏ, ਸਾਡੇ ਕੋਲ ਕੀ ਮੰਗਣ? 5 ਲੱਖ ਰੁਪਈਆ। ਹਾਂਜੀ, ਕਰਮਿਤਾ ਕੌਰ ਦੀ ਗੱਲ ਕਰਨ ਲੱਗਾ, ਕਹਿੰਦੇ 5 ਲੱਖ ਰੁਪਏ ਦਿਓ ਨਹੀਂ ਤਾਂ ਪਰਚਾ ਪਾ ਦਾਂਗੇ। ਆਓ ਡਿਟੇਲ 'ਚ ਸਮਝਾਉਂਦਾ। ਬਾਅਦ 'ਚ ਸ਼ੁਰੂ ਕਰਦਾ, ਇੱਕ ਇੰਟਰਸਟਿੰਗ ਗੱਲ ਦੱਸਦਾ। ਪਹਿਲੀ ਲਾਈਨ ਪੜ੍ਹੋ ਨੋਟਿਸ ਦੀ, ਕੀ ਆ ਕਿ ਸਾਡੀ ਫੇਮਸ ਕੁੜੀ ਮਾਡਲ ਇਨਫਲੂਐਂਸਰ ਦੇ ਉੱਤੇ ਨਾ 1.1 ਮਿਲੀਅਨ ਫੋਲੋਅਰ। ਵਾਹ, ਕਿਆ ਹਵਾ ਕਰਦੇ ਪਏ ਹੋ, 1.1 ਮਿਲੀਅਨ ਫੋਲੋਅਰ ਤੇ ਹੁਣੀ ਥੁੱਕ ਦਿਖਾਉਣਾ। ਚੈੱਕ ਕਰੋ ਇਹਦਾ ਇੰਸਟਾਗ੍ਰਾਮ ਐਨਾਲਾਈਜ਼ ਕੀਤਾ, 1.1 ਮਿਲੀਅਨ ਫੋਲੋਅਰ ਆਫ ਮਾਈ ਕਲਾਇੰਟ, ਸ਼ੀ ਇਜ਼ ਵੈਰੀ ਫੇਮਸ ਮਾਡਲ ਇਨਫਲੂਐਂਸਰ, 8 ਲੱਖ ਸਮਥਿੰਗ ਕੁਛ ਫੇਕ ਫੋਲੋਅਰ, 2.5 ਲੱਖ ਓਰੀਜਨਲ, 1.1 ਮਿਲੀਅਨ 'ਚ 2.5 ਲੱਖ ਓਰੀਜਨਲ, ਬਾਕੀ 8 ਲੱਖ ਫੇਕ ਫੋਲੋਅਰ। ਸੋ ਗੱਲ ਹੋਈ ਇੱਦਾਂ, ਇੱਕ ਮੇਰੇ ਘਰੇ ਸੰਮਣ ਆਇਆ, ਸੰਮਣ ਪੜਿਆ 4-5 ਪੇਜਾਂ ਦਾ ਸੰਮਣ ਆ, ਮੈਂ ਵੀਡੀਓ ਪਹਿਲਾਂ ਵੀ ਸ਼ੂਟ ਕਰ ਚੁੱਕਾ ਇਹ ਸੇਮ 20 ਮਿੰਟ ਦੀ, ਤਾਂ ਹੀ ਥੋੜ੍ਹਾ ਸਾਹ ਚੜਿਆ ਵੀਡੀਓ। ਮੈਂ ਕਿਹਾ ਯਾਰ ਬਹੁਤ ਲੰਬੀ ਹੋਈ ਨਹੀਂ, ਬੋਰਿੰਗ ਹੋਈ ਨਹੀਂ, ਸੋ ਥੋੜ੍ਹਾ ਇੰਟਰਸਟਿੰਗ ਅਤੇ ਛੋਟਾ ਬਣ ਕੇ ਦੱਸ ਦਿੰਦਾ ਕਿ ਆਹ ਗੱਲ ਕੀ ਹੋਈ ਹੈ। ਸੋ 5 ਪੇਜਾਂ ਦਾ ਜਿਹੜਾ ਹੈਗਾ ਆ ਰਿਹਾ ਹੋਣਾ, 5 ਪੇਜ ਆ ਰਿਹਾ, ਇਹ ਨੋਟਿਸ ਆਇਆ, ਨੋਟਿਸ ਵਕੀਲ ਸਾਹਿਬ ਵੱਲੋਂ ਆਇਆ, ਵਕੀਲ ਸਾਹਿਬ ਨੂੰ ਕੋਈ ਜੇ ਨੰਬਰ ਸ਼ੋਅ ਹੋ ਗਿਆ ਇੱਥੇ ਤਾਂ ਕੋਈ ਬੰਦਾ ਫੋਨ ਵੈਸੇ ਕੁਛ ਨਾ ਕਰੇ, ਉਹਨਾਂ ਦਾ ਕੁਛ ਇਨਵੋਲਵਮੈਂਟ ਹੈ ਨਹੀਂ ਗੀ, ਕਿਉਂਕਿ ਅਗਲੇ ਦਾ ਕੰਮ ਆ, ਅਗਲੇ ਨੂੰ ਜੋ ਕੁਛ ਕਹੋਗੇ। ਸੋ ਗੱਲ ਕਰਦੇ ਕਰਮਿਤਾ ਦੀ, ਅਭਿਨੰਦਨ ਜੋਤ ਕੌਰ ਜੋ ਉਹਦਾ ਨਾਮ ਆ ਅਸਲੀ। ਸੋ ਮੈਨੂੰ ਕੁਛ ਦਿਨ ਪਹਿਲਾਂ ਨਾ ਇੱਕ ਮੈਸੇਜ ਆਇਆ ਸੀ ਧਮਕੀ ਵਾਲਾ, ਮੈਨੂੰ ਇੱਕ ਕ੍ਰੀਏਟਰ ਨੇ, ਰੀਲਾਂ ਵਾਲੇ ਨੇ ਭੇਜਿਆ ਸੀਗਾ ਕਿ ਹਾਂ ਜਿਹੜੇ ਰੀਲਾਂ ਪੋਸਟ ਕਰਦੇ ਫੇਮਸ ਆ, ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹਨਾਂ ਨੇ ਮੈਨੂੰ ਆਪਸੀ ਗੱਲ ਆ। ਸੋ ਆਹ ਚੈਟ ਦੇਖ ਲਓ ਕਿ ਮੈਨੂੰ ਥੋੜ੍ਹੇ ਦਿਨ ਪਹਿਲਾਂ ਮੈਸੇਜ ਆ ਗਿਆ ਕਿ ਕਰਮਿਤਾ ਨੇ ਤੇਰੇ ਘਰ ਦੇ ਬਾਹਰ ਬੰਦੇ ਭੇਜੇ ਆ, ਤੂੰ ਬਚ ਕੇ ਨਹੀਂ, ਇੱਦਾਂ ਉੱਦਾਂ। ਆਪਾਂ ਅਸੀਂ ਇਹਨੂੰ ਇਗਨੋਰ ਕੀਤਾ, ਕੁਛ ਕੀਤਾ ਨਹੀਂ, ਬਟ ਕੋਈ ਗੱਲ ਨਹੀਂ, ਥੈਂਕ ਯੂ ਸੋ ਮਚ ਫੋਰ ਦੈਟ ਪਰੂਫ, ਆਹ ਚੀਜ਼ ਆਪਣੇ ਕੰਮ ਆ ਜਾਊਗੀ ਅੱਗੇ ਕਿ ਹਾਂ ਕਿਹਦਾ ਬੰਦੇ ਭੇਜੇ ਜਾਂਦੇ ਆ। ਸੋ ਉਸ ਤੋਂ ਬਾਅਦ ਬੰਦਾ ਮੈਨੂੰ ਕੋਈ ਦਿਖਿਆ ਤਾਂ ਹੈ ਨਹੀਂਗਾ, ਕਿਉਂਕਿ ਮੈਂ ਉਸ ਟਾਈਮ ਘਰੇ ਹੈ ਨਹੀਂ ਸੀ, ਮੈਂ ਲਿਖਿਆ ਗਾ ਮੈਂ ਹੈ ਨਹੀਂ ਘਰੇ, ਮੈਂ ਬਾਹਰ ਆ ਕਿਤੇ। ਉਸ ਤੋਂ ਬਾਅਦ ਗੱਲ ਜਿਹੜੀ ਮੈਂ ਆਈ ਹੈ, ਮੈਂ ਤਾਂ ਕਹਿੰਦਾ ਮੈਨੂੰ ਪਿੱਛੇ ਜੇ ਇੱਕ ਵੀਡੀਓ ਕਾਪੀਰਾਈਟ ਸਟ੍ਰਾਈਕ ਵੱਜੀ ਸੀਗੀ, ਮੈਂ ਵੀਡੀਓ ਦਾ ਨਾਮ ਦੱਸ ਦਿੰਦਾ। ਸੋ ਕਾਪੀਰਾਈਟ ਸੀਗੀ ਇਨਫਲੂਐਂਸਰ ਤੋਂ ਬੱਚੀ, ਜਿਹਦੇ ਵਿੱਚ ਇਨਫਲੂਐਂਸਰ ਜਿਹੜੇ ਹੈਗੇ ਆ ਬਾਬਿਆਂ ਦੀ ਪ੍ਰਮੋਸ਼ਨਾਂ ਕਰਦੇ ਫਿਰਦੇ ਸੀਗੇ, ਉਹਦੇ ਵਿੱਚ ਕਰਮਿਤਾ ਵੀ ਆ ਗਈ ਸੀ, ਉਹ ਵੀ ਕਿਸੇ ਐਸਟ੍ਰੋਲੋਜਰ ਕਹਿੰਦੇ ਕਿ ਮੈਂ ਇੱਥੇ ਬੈਠੀ ਕੰਮ ਤੋਂ ਬਹੁਤ ਤੰਗ ਆ, ਫਿਰ ਮੈਂ ਇਹਨਾਂ ਨਾਲ ਗੱਲ ਕੀਤੀ, ਇਹਨਾਂ ਨੇ ਮੈਨੂੰ ਮੇਰੀ ਜ਼ਿੰਦਗੀ ਦੇ ਸਾਰੇ ਭੇਤ ਦੱਸਤੇ, ਫਿਰ ਮੈਂ ਸੁਖੀ ਹੋ ਗਈ, ਫਿਰ ਮੈਂ ਇੰਨੀ ਸੁਖੀ ਹਾਂ, ਅਤੇ ਫਿਰ ਜਿਹੜਾ ਇੰਡੀਆ ਤੋਂ ਇੰਡੀਆ ਆਉਂਦੀ ਹਾਂ, ਕੈਨੇਡਾ ਤੋਂ ਇੰਡੀਆ ਆਉਂਦੀ ਹਾਂ ਇਲਾਜ ਕਰਾਉਣ, ਜਿਹੜੀ ਚੀਜ਼ ਦਾ ਨੋ ਮਰੀ ਮੈਂ ਦੱਸੂੰਗਾ ਨਹੀਂ, ਉਹ ਚੀਜ਼ ਨੂੰ ਰੱਖੋ ਨਾ ਉੱਧਰ, ਫਿਰ ਪੁੱਛੋ ਕਿ ਹਾਂ ਨਹੀਂ ਕਦੋਂ ਕਿਰਪਾ ਹੋ ਗਈ, ਐਵੇਂ ਇੱਧਰ ਤੰਗ ਹੋਏ ਫਿਰਦੇ ਹੋ, ਐਵੇਂ ਪੈ ਫੂਕਦੇ ਫਿਰਦੇ ਹੋ। ਅਤੇ ਉਸ ਤੋਂ ਬਾਅਦ ਉਸ ਵੀਡੀਓ 'ਤੇ ਸਟ੍ਰਾਈਕ ਆਈ, ਅਤੇ ਮੈਂ ਉਸ ਤੋਂ ਬਾਅਦ ਮੇਰੀ ਹੋਈ ਤੂੰ ਤੂੰ ਮੈਂ ਇਹਨਾਂ, ਇਹਨੂੰ ਮੈਂ ਉਸ ਟਾਈਮ ਹੋਲੀਡੇ ਹੋਟਲ 'ਚ ਸੀਗਾ ਜ਼ੀਰਕਪੁਰ, ਅਤੇ ਰਾਤ ਦਾ ਟਾਈਮ ਸੀਗਾ, ਖਾਧੀ ਪੀਤੀ ਥੋੜ੍ਹੀ ਜਿਹੀ, ਯਾਰ ਦੋਸਤਾਂ ਨਾਲ ਬੈਠਾ ਹੈਗਾ, ਸੋ ਪੀਤੀ ਪੂਤੀ ਸੀਗੀ, ਅਤੇ ਉਦੋਂ ਮੈਂ ਦੇਖਿਆ, ਮੈਨੂੰ ਲਿਖਿਆ ਕਿ ਹਾਂ ਬੰਦਿਆਂ ਦੇ ਵਾਲੇ ਕੰਮ ਕਰੋ, ਕੋਈ ਇਨਫਲੂਐਂਸਰ ਵਾਲੇ ਕੰਮ ਕਰੋ, ਕ੍ਰੀਏਟਰ ਵਾਲੇ ਕੰਮ ਕਰੋ, ਕਿ ਹਾਂ ਤੂੰ ਸਟ੍ਰਾਈਕ ਮਾਰੀ, ਕ੍ਰੀਏਟਰ ਇਹ ਕੰਮ ਨਹੀਂ ਕਰਦੇ, ਹਰ ਇੱਕ ਨੂੰ ਚੈਨਲ ਦੀ ਇੰਪੋਰਟੈਂਸ ਪਤਾ ਹੁੰਦੀ। ਦੇਖੋ ਤੁਹਾਡੇ ਵਾਂਗੂ ਠੌਂਕੇ ਲਾ ਕੇ ਜਾਂ ਤੁਸੀਂ ਡਾਂਸ ਕਰਕੇ, ਮਿਮਿਕ ਕਰਕੇ, ਲਿਪਸਿੰਗ ਕਰਕੇ ਮੈਂ ਫੇਮਸ ਨਹੀਂ ਹੋਇਆ, ਜਾਂ ਮੈਂ ਫੇਮਸ ਹਜੇ ਵੀ ਹੈ ਨਹੀਂ, ਮੈਂ ਨਹੀਂ ਕਹਿੰਦਾ ਮੈਂ ਮਸ਼ਹੂਰ ਹਾਂ, ਬਟ ਲਾਈਕ ਮੈਂ ਆਡੀਅੰਸ ਤੱਕ ਨਹੀਂ ਪਹੁੰਚਿਆ ਇਸ ਚੀਜ਼ ਨੂੰ ਕਰਕੇ, ਮੈਂ ਰੋਸਟਿੰਗ ਕਰਦਾ, ਮੇਰਾ ਆਪਣਾ ਕੰਟੈਂਟ ਆ। ਸੋ ਉਸ ਚੀਜ਼ ਕਰਕੇ ਤੂੰ ਪਾ ਜਾਵੋ, ਅਗਲੀ ਦੇ ਫੋਨ 'ਤੇ ਗੱਲ, ਫੋਨ 'ਤੇ ਕਹਿੰਦੀ ਕਿ ਤੂੰ ਲੋਕਾਂ ਦੀਆਂ ਮਾਵਾਂ ਭੈਣਾਂ 'ਤੇ ਬੋਲ ਕੇ ਖਾਣ ਵਾਲਾ ਬੰਦਾ, ਇਸ ਚੀਜ਼ ਦਾ ਜਵਾਬ ਮੈਂ ਐਂਡ 'ਚ ਦਊਂਗਾ। ਮੈਂ ਕਿਹਾ ਠੀਕ ਆ, ਮਤਲਬ ਕਿ ਜਦੋਂ ਇਹਨਾਂ ਦੀ ਹੈਲਪ। ਆ ਚੈੱਕ ਕਰੋ ਦੋ ਵੀਡੀਓਸ, AI ਜਨਰੇਟਿਡ ਵੀਡੀਓ ਕਰਮਿਤਾ ਦੀ, ਉਹਦੇ ਵਾਲ ਕਾਲੇ ਰੰਗ ਦੇ ਹੈ, ਉਹਦੀ ਬੋਡੀ ਸ਼ੇਪ ਥੋੜ੍ਹੀ ਜਿੱਦਾਂ ਬਰੋਡ ਆ, ਕੁੜੀ ਪਤਲੀ ਆ, ਸਾਰਾ ਕੁਛ ਕਰਕੇ ਫੋਟੋ ਪਾਉਣ ਡਿਓ। ਆਹ ਚੈੱਕ ਕਰ ਰਹੀ ਇਹਨੇ ਬਾਹਰ ਜਾ ਕੇ ਕੰਮ ਸ਼ੁਰੂ ਕਰਦੇ, ਉੱਦਾਂ ਅੰਧਭਗਤ ਲੋਕ ਬਿਨਾਂ ਸੋਚੇ ਸਮਝੇ ਬਿਨਾਂ ਦੇਖੇ ਲੱਗੇ ਰਹਿੰਦੇ ਆ, ਕਿਉਂ ਕੀ ਮਤਲਬ ਕਿ ਇਹਦੀ ਕੁੜੀ ਦੀ ਜ਼ਿੰਦਗੀ ਖਰਾਬ ਕਰਕੇ।
ਇੱਥੇ ਜੰਗਤ ਅਸੀਂ ਸਹੀ ਹਾਂ ਨਾ, ਐਟਲੀਸਟ ਜੋ ਰੀਅਲ ਆ ਉਸ ਬਾਰੇ ਹੀ ਬੋਲਦੇ ਹਾਂ, ਜਾਂ ਜੋ ਚੀਜ਼ ਸਹੀ ਆ ਉਸ ਬਾਰੇ ਬੋਲਦੇ ਹਾਂ। ਮੈਨੂੰ ਹੁਣ ਕਰਮਿਤਾ ਦੀ ਮੋਮ ਦਾ ਫੋਨ ਆਇਆ, ਉਹਨਾਂ ਨੇ ਆਪਣੀ ਸਾਰੀ ਫੈਮਿਲੀ ਸਿਚੁਏਸ਼ਨ ਦੱਸੀ। ਐਂਡ ਦੇਖੋ ਮਾਂ ਦਾ ਦਿਲ ਪਤਾ ਕੀ ਹੁੰਦਾ, ਮਾਂ ਦਾ ਦਿਲ ਹੁੰਦਾ ਕਿ ਹਾਂ ਕਦੇ ਵੀ ਆਪਣੇ ਬੱਚੇ ਬਾਰੇ, ਜੇ ਇਹ ਬੱਚਾ ਆਪਣਾ ਗਲਤ ਹੋਵੇ ਜਾਂ ਸਹੀ ਹੋਵੇ, ਪਰ ਮਾਂ ਆਪਣੇ ਬੱਚੇ ਬਾਰੇ ਨਹੀਂ ਸੁਣ ਸਕਦੀ। ਅਤੇ ਉਸ ਮਾਂ ਦਾ ਵੀ ਇਹੀ ਕਹਿਣਾ ਸੀਗਾ। ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਅਤੇ ਗੱਲ ਦੇ ਵਿੱਚ ਇਹ ਗੱਲ ਕਹੀ, ਗੱਲ ਕਰਦੇ ਕਰਦੇ ਕਿ ਹਾਂ ਦੇਖ ਮੇਰੀ ਕੁਛ ਫੈਮਿਲੀ ਸਿਚੁਏਸ਼ਨ ਇੱਦਾਂ ਦੀ ਆ ਜਿਹੜੀ ਕਿ ਮੈਂ ਲੋਕਾਂ ਅੱਗੇ ਬਿਆਨ ਨਹੀਂ ਕਰ ਸਕਦੀ, ਅਤੇ ਨਾ ਹੀ ਉਹਨਾਂ ਨੂੰ ਕਰਨੀ ਚਾਹੀਦੀ। ਬਟ ਕੁਛ ਇੱਦਾਂ ਦੀ ਚੀਜ਼ਾਂ ਤੋਂ ਨਿਕਲ ਕੇ ਅੱਗੇ ਆਏ ਆ ਉਹ, ਉਸ ਕੁੜੀ ਦੇ ਉਹ ਕਹਿਣ ਦੇ ਕਿ ਹਾਂ ਨਹੀਂ ਉਹਦੇ 'ਤੇ ਰੀਲਾਂ ਪਾ ਰਹੇ ਹੋ, ਆ ਰੀਲ ਚੈੱਕ ਕਰੋ ਇੱਕ ਪਹਿਲਾਂ ਦਾ। ਮੈਨੂੰ ਇੱਕ ਗੱਲ ਸਮਝ ਆਉਂਦੀ, ਜਿੰਨੇ ਪੇਜਾਂ ਵਾਲੇ ਬੈਠੇ ਹੋ ਤੁਹਾਡੇ ਘਰੇ ਵੀ ਭੈਣ ਹੋਊਗੀ। ਮੇਰੇ ਚੈਨਲ ਤੇ ਡੈਡੀਕੇਟਡ ਵੀਡੀਓ ਬਣਾਉਣ ਦਾ ਪੈਸਾ ਅਗਰ ਮੈਂ ਚਾਰਜ ਕਰਾਂ ਕਿਸੇ ਕੰਪਨੀ ਜਾਂ ਬ੍ਰਾਂਡ ਦਾ ਤਾਂ 70-80 ਯਾਰ, ਅਗਰ ਨੋਰਮਲ ਬ੍ਰਾਂਡ ਆ, ਅਗਰ ਵਧੀਆ ਬ੍ਰਾਂਡ ਆ ਤਾਂ 1 ਲੱਖ ਤੋਂ ਲੈ ਕੇ 1.5 ਲੱਖ ਵਿੱਚ 12 ਮਿੰਟ ਦੀ ਵੀਡੀਓ ਦਾ ਮੈਨੂੰ ਪੈਸਾ ਮਿਲ ਸਕਦਾ। ਬਟ ਫਿਰ ਵੀ ਤੇਰੇ ਲਈ 2 ਵੀਡੀਓਸ ਫ੍ਰੀ ਬਣਾਈਆਂ ਸੀ, ਉਹ ਵੀ ਤੇਰੀ ਮੰਮੀ ਦੇ ਕਹਿਣ ਤੇ। ਤਾਂ ਨੋਟਿਸ ਦੇ ਵਿੱਚ ਦੂਜੀ ਲਾਈਨ ਪਤਾ ਕੀ ਆ, ਕਿ ਦੂਜੀ ਦੀ ਚੌਥੀ ਲਾਈਨ, ਕਿ ਮੈਂ ਤੇਰੀ ਮੰਮੀ ਦਾ 2022 ਦੇ ਵਿੱਚ ਨੰਬਰ ਲੀਕ ਕੀਤਾ ਸੀ, ਲੋਕਾਂ ਨੂੰ ਦਿੱਤਾ ਸੀਗਾ, ਮੈਂ ਵੱਡਾ ਸੀ, ਜਿਹਦੇ ਕਰਕੇ ਤੁਸੀਂ ਸਾਈਬਰ ਕੰਪਲੇਂਟ ਵੀ ਕੀਤੀ ਆ। 2023 ਦੇ ਵਿੱਚ ਤੇਰੀ ਮੰਮੀ ਨੇ ਮੈਨੂੰ ਪਹਿਲੀ ਵਾਰ ਕੰਟੈਕਟ ਕੀਤਾ ਸੀਗਾ ਅਤੇ ਮੇਰੇ ਕੋਲ ਸਾਰੀ ਡਿਟੇਲਸ ਪਾਈ ਆ, A to Z ਮੈਸੇਜ ਵਿਦ ਕਾਲ ਰਿਕਾਰਡਿੰਗ। ਜੇ ਸੱਚੇ ਹੋ ਆਪਣਾ ਫੋਨ ਜਾ ਕੇ ਸਬਮਿਟ ਕਰਾ ਦਿਓ, ਜੇ ਮੇਰਾ ਫੜ ਲਿਓ, ਚੈੱਕ ਕਰ ਲਿਓ ਕਿ ਫੋਨ ਦੇ ਵਿੱਚ ਨੰਬਰ ਪਹਿਲਾਂ ਕਿਹਦਾ ਆਇਆ ਅਤੇ ਕਦੋਂ ਆਇਆ। ਝੂਠ ਬੋਲਣ ਦੀ ਵੀ ਕੋਈ ਹੱਦ ਹੁੰਦੀ ਆ। ਅਤੇ ਉਸ ਤੋਂ ਬਾਅਦ ਗੱਲ ਕਰ ਰਹੇ ਨੇ ਦੂਜੇ ਪੁਆਇੰਟ 'ਤੇ ਕਿ ਹਾਂ ਇਹਨਾਂ ਨੇ ਦੂਜੇ ਪੁਆਇੰਟ ਵਿੱਚ ਮੈਂਸ਼ਨ ਕੀਤਾ ਹੋਇਆ ਕਿ ਯਾਰ ਅਸੀਂ ਨਾ ਸਾਡੀ ਕੁੜੀ ਦੀ ਇੱਕ ਵੀਡੀਓ ਵਾਇਰਲ ਹੋ ਗਈ ਸੀਗੀ ਜੀ, ਉਹ ਫੇਕ ਵੀਡੀਓ ਵਾਇਰਲ ਹੋਈ ਸੀ, AI ਤੋਂ ਬਣਾਈ, ਅਤੇ ਸਾਡੀ ਕੁੜੀ ਬਹੁਤ ਮੈਂਟਲੀ ਟਰੋਮਾ 'ਚ ਆ ਗਈ। ਅਤੇ ਤੀਜਾ ਪੁਆਇੰਟ ਪਤਾ ਕੀ ਮੈਂਸ਼ਨ ਕੀਤਾ, ਕਿ ਮੈਂ ਉਹ ਵੀਡੀਓ ਨੂੰ ਯੂਜ਼ ਕਰਕੇ ਆਪਣੇ ਯੂਟਿਊਬ 'ਤੇ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਚਲੋ ਮੈਂ ਸਪੋਰਟ ਜਾਂ ਕੀਤੀ ਕੁਛ XYZ ਕੁਛ ਵੀ ਕੀਤਾ, ਪਰ ਉਸ ਵੀਡੀਓ 'ਤੇ ਵੀ ਮੇਰੀ ਵੀਡੀਓ ਕਰਕੇ ਵੀ ਇਹ ਅਗਲੀ ਟਰੋਮਾ 'ਚ ਹੋਰ ਜ਼ਿਆਦਾ ਆ ਗਈ। ਤੇਰਾ ਮੈਂ ਸਕਰੀਨਸ਼ੋਟ ਰੱਖਿਆ ਸਾਂਭ ਕੇ ਉਸ ਚੀਜ਼ ਦਾ, ਜਦੋਂ ਤੂੰ ਮੇਰੀ ਖੁਦ ਸਟੋਰੀ ਪਾਈ ਸੀਗੀ ਮੇਰੇ ਵੀਡੀਓ ਸ਼ੇਅਰ ਕਰਨ ਦੀ, ਅਤੇ ਆਹ ਤੁਹਾਡੀ ਮੰਮੀ ਦਾ ਮੈਸੇਜ ਉਦਨ ਦਾ, ਥੈਂਕ ਯੂ ਪੁੱਤ, ਆਹ ਡੇਟ ਉਸ ਵੀਡੀਓ ਦੀ ਕਿ ਹਾਂ ਜਿੱਦਣ ਮੈਂ ਵੀਡੀਓ ਪੋਸਟ ਕੀਤੀ ਸੇਮ ਡੇਟ ਨੂੰ ਮੈਸੇਜ ਆਇਆ, ਸੇਮ ਡੇਟ ਨੂੰ ਵੀਡੀਓ ਪਈ, ਥੈਂਕ ਯੂ ਕਾਹਦਾ, ਮੈਂ ਤਾਂ ਤੁਹਾਡੀ ਮੰਮੀ ਦਾ ਨੰਬਰ ਸ਼ੇਅਰ ਕਰਦਾ ਸੀ, ਤੁਸੀਂ ਟਰੋਮਾ 'ਚ ਚਲੇ ਗਏ ਸੀ ਨਾ, ਤੈਨੂੰ ਟਰੋਮਾ ਹੋ ਗਿਆ ਸੀਗਾ, ਤੁਹਾਨੂੰ ਬਹੁਤ ਬੁਰਾ ਲੱਗ ਗਿਆ ਸੀਗਾ ਯਾਰ ਕਰਨ ਨੇ ਵੀਡੀਓ ਬਣਾਈ, ਫਿਰ ਮੇਰੀ ਵੀਡੀਓ ਕੋਈ ਸ਼ੇਅਰ ਕੀਤੀ ਆਪਣੀ ਇੰਸਟਾ 'ਤੇ, ਤੁਹਾਡੀ ਮੰਮੀ ਥੈਂਕ ਯੂ ਕਰਦੀ ਫਿਰਦੀ ਆ, ਮੈਨੂੰ ਵੀਡੀਓ ਤੋਂ ਪਤਾ ਕਿੱਥੋਂ ਲੱਗਣਾ। ਇਹਨਾਂ ਮੈਂ ਗੱਲ ਦੱਸਦਾ ਕੀ ਹੋਇਆ, ਅੱਜ ਤੋਂ 1.5 ਸਾਲ ਪਹਿਲਾਂ, ਸਾਲ ਪਹਿਲਾਂ ਜਾਂ 8-10 ਮਹੀਨੇ, ਜੋ ਵੀ ਟਾਈਮ ਲਾ ਲਓ, ਜਦੋਂ ਇਹਦੀ ਵੀਡੀਓ ਵਾਇਰਲ ਹੋ ਰਹੀ ਸੀ, ਪੁਰਾਣੀਆਂ, ਹੁਣ ਵਾਲੀ ਨਹੀਂ ਪੁਰਾਣੀਆਂ, ਅਤੇ ਇਹਨਾਂ ਨੇ ਪਤਾ ਕੀ ਕੀਤਾ, ਮੈਨੂੰ ਕੰਟੈਕਟ ਕੀਤਾ, ਪੁੱਤ ਤੇਰੀਆਂ ਵੀਡੀਓ ਦੇਖੀ ਦੀ ਅਸੀਂ, ਇਹਦੀ ਮੰਮੀ ਕਹਿੰਦੇ ਤੂੰ ਬਹੁਤ ਸਹੀ ਵੀਡੀਓ ਬਣਾਉਣਾ, ਘਰੇ ਬਹਿ ਕੇ ਦੇਖ ਸਕਦੇ, ਬਾਕੀ ਰੋਸਟਰ ਦੇ ਹੁੰਦੇ ਘਰੇ ਬਹਿ ਕੇ ਨਹੀਂ ਦੇਖ ਸਕਦੇ, ਅਸੀਂ ਬਹੁਤ ਗਾਲਾਂ ਕੱਢਦੇ ਹਾਂ, ਫਰੈਸ਼ੀ ਨੂੰ ਸਮਝਾ ਮੇਰੀ ਕੁੜੀ 'ਤੇ ਜਿਹੜੀ ਵੀਡੀਓ ਬਣਾਈ, ਫਰੈਸ਼ੀ ਨੂੰ ਵੀ ਯਾਦ ਹੋਣਾ, ਫਰੈਸ਼ੀ ਨੂੰ ਕਿਹਾ ਵੀ ਸੀ ਮੈਂ, ਫਰੈਸ਼ੀ ਨੂੰ ਸਮਝਾ ਮੇਰੀ ਕੁੜੀ 'ਤੇ ਜਿਹੜੀ ਵੀਡੀਓ ਬਣਾਈ ਡਿਲੀਟ ਕਰਦੇ, ਕੁੜੀ 'ਤੇ ਇੱਦਾਂ ਨਾ ਬੋਲ, ਇਹ ਨਾ ਕਰ, ਇੱਦਾਂ ਦਾ। ਉਦੋਂ ਮੈਂ ਇਹਨਾਂ ਦੀ ਬਿਨਾਂ ਕਿਸੇ ਰੁਪਈਏ ਤੋਂ ਹੈਲਪ ਕੀਤੀ ਸੀ, ਜਿਸ ਟਾਈਮ ਮੇਰੇ ਚੈਨਲ ਦੀ ਵੈਲਿਊ 1.5 ਲੱਖ ਰੁਪਇਆ ਪਰ ਵੀਡੀਓ ਸੀਗੀ, ਉਹ ਵੀ ਡੈਡੀਕੇਟਡ ਵੀਡੀਓ, ਫ੍ਰੀ A to Z ਫ੍ਰੀ, ਕੁਛ ਪੈਸਾ ਨਹੀਂ ਲਿਆ, ਕੋਈ ਪ੍ਰੂਫ ਦਿਖਾ ਦੇਣ ਕਿ ਹਾਂ ਪੈਸਾ ਲਿੱਤਾ ਵੀ ਹੋਵੇ ਤਾਂ ਵੀ ਮੈਂ ਮੰਨ ਜਾਵਾਂ, ਕੁਛ ਨਹੀਂ ਲਿਆ। ਬਟ ਕੋਈ ਗੱਲ ਨਹੀਂ, ਕਹਿੰਦੇ ਆ ਨਾ ਕਿ ਕਈਆਂ ਨੂੰ ਘਿਓ ਨਹੀਂ ਹਜ਼ਮ ਹੁੰਦਾ, ਕਈਆਂ ਨੂੰ ਦਹੀਂ ਨਹੀਂ, ਕਈਆਂ ਨੂੰ ਪਾਣੀ ਨਹੀਂ, ਕਈਆਂ ਨੂੰ ਰੋਟੀ ਨਹੀਂ, ਉਹਦੀ ਸ਼ਾਇਦ ਇਹਨਾਂ ਨੂੰ ਇੱਜ਼ਤ ਨਹੀਂ ਹਜ਼ਮ ਹੋਈ ਉਸ ਚੀਜ਼ ਦੀ। ਅਗਰ ਤੁਹਾਡੇ 'ਤੇ ਮੈਂ ਗਲਤ ਸੀਗਾ ਤਾਂ ਤੁਸੀਂ ਮੇਰੇ 'ਤੇ ਕੰਪਲੇਂਟ ਕੀਤੀ ਸੀ, ਇੱਕ ਆਪਣੀ ਜੋ ਨੋਟਿਸ 'ਚ ਭੇਜ ਦੇਵੇ ਕਿ ਮੇਰੇ ਕਰਕੇ ਤੰਗ ਹੋਏ, ਮੈਂ ਤੁਹਾਡਾ ਨੰਬਰ ਸ਼ੇਅਰ ਕੀਤਾ, ਫਿਰ ਮੇਰੇ ਨਾਲ ਕੰਟੈਕਟ 'ਚ ਕਿਉਂ ਸੀ, ਤੁਹਾਡੇ ਮੈਸੇਜ ਆਂਟੀ ਜੀ, ਮੈਂ ਪੁੱਤ ਜਲੰਧਰ ਮਿਲ ਆਂਟੀ, ਹਜੇ ਮੈਂ ਥੋੜੇ ਮੈਂ ਸਾਰੇ ਮੈਸੇਜ ਨਹੀਂ ਦਿਖਾਊਂਗਾ, ਸਾਰੇ ਮੈਸੇਜ ਮੈਂ ਉਹਨੂੰ ਕੋਰਟ 'ਚ ਮੈਂ ਪੇਸ਼ ਕਰੂੰਗਾ ਵਿਦ ਅ ਨੋਟਿਸ ਕਿ ਹਾਂ ਆਹ ਫੇਕ ਬੰਦੇ ਕਿਵੇਂ ਹੋ ਸਕਦੇ ਆ। ਐਂਡ ਨੋਟਿਸ ਮੈਂ ਕਰਮਿਤਾ ਨਹੀਂ ਭੇਜੂੰਗਾ, ਆਂਟੀ ਜੀ 'ਤੇ ਭੇਜੂੰਗਾ, ਕਿਉਂਕਿ ਅਗਲੀ ਤਾਂ ਬਾਹਰ ਬੈਠੀ ਆ, ਪਿੱਛੇ ਘਰਦੇ ਨੂੰ ਜਾਣ ਕੇ ਤੰਗ ਕਰਦੀ ਪਈ ਨਾ, ਉਹ ਕੋਈ ਨਾ ਹੁਣ ਰੀਅਲ 'ਚ ਹੋ ਜਾਣ, ਫਿਰ ਗੱਲ ਕਰਾਂਗੇ ਉਸ ਚੀਜ਼ ਬਾਰੇ। 15 ਦਿਨ ਦਾ ਟਾਈਮ ਹੈਗਾ ਨਾ ਮੇਰੇ ਕੋਲ, 15 ਦਿਨ ਦਾ ਕਾਹਦਾ ਟਾਈਮ ਆ, ਉਹ ਵੀ ਦੱਸਦਾ ਮੈਂ। ਅਤੇ ਆਹ ਸਾਰੀ ਗੱਲ ਹੋਈ, ਉਸ ਤੋਂ ਬਾਅਦ ਆਂਟੀ ਜੀ ਜਲੰਧਰ ਮਿਲਣ ਨੇ ਮੈਂ ਨਹੀਂ ਮਿਲਿਆ, ਨਾ ਹੀ ਸਪੋਤ, ਮੈਂ ਪੱਗ ਬੰਨ ਕੇ ਫੁੱਟ ਪਈ ਸੀ, ਮੈਂ ਤਾਂ ਗਲਤ ਬੰਦਾ ਸੀ, ਆਂਟੀ ਜੀ ਕਿੱਦਾਂ ਮੇਰੇ ਨਾਲ ਪਿਆਰ ਨਾਲ ਗੱਲ ਕਰਦੇ ਪਈ ਆ। ਤੁਹਾਡਾ ਚੌਥਾ ਪੁਆਇੰਟ ਇਹੀ ਹੈ ਨਾ, ਫਿਰ ਅਗਲੇ ਪੇਜ 'ਤੇ ਆਈਏ, ਫਿਰ ਇਹਨਾਂ ਗੱਲ ਕੀਤੀ 5ਵੇਂ ਪੁਆਇੰਟ ਦੇ ਵਿੱਚ ਕਿ ਹਾਂ ਨਹੀਂ
ਸਾਡੀ ਜਿਹੜੀ ਕੁੜੀ ਹੈ ਨਾ ਉਹ ਕੈਨੇਡਾ ਗਈ ਸੀ ਪੜ੍ਹਨ ਲਿਖਣ ਵੱਡਾ ਨਾਮ ਕਰਨ ਯਾ ਬੇਬੀ ਪ੍ਰਮੋਸ਼ਨ ਇਹ ਵਾਲੀ ਕਰਨ ਅਤੇ ਹਾਂ ਕਰਦੇ ਸੀ ਪ੍ਰਮੋਸ਼ਨਾਂ ਇਹਨਾਂ ਨੇ ਪਤਾ ਸੀ ਪੜ੍ਹਾਈ ਲਿਖਾਈ ਇਹ ਹੁੰਦੀ ਆ ਅਤੇ ਉਹਦੇ ਚੱਕਰ ਦੇ ਵਿੱਚ ਮੈਂ ਸਤੰਬਰ ਦੇ ਵਿੱਚ ਕੋਈ ਵੀਡੀਓ ਪੋਸਟ ਕੀਤੀ ਜਦਕਿ ਮੇਰੇ ਚੈਨਲ 'ਤੇ ਕੋਈ ਵੀਡੀਓ ਹੈ ਹੀ ਨਹੀਂ 23 ਸਤੰਬਰ ਦੇ ਵਿੱਚ ਤੁਹਾਡੇ ਉੱਤੇ ਰੋਸਟ ਕੁਛ ਵੀ ਹੈ ਨਹੀਂ ਰੋਸਟ ਤਾਂ ਹੈ ਨਹੀਂ ਵੀਡੀਓ ਹੈਗੀ ਆ ਉਹ ਵੀ ਸਪੋਰਟ ਵਾਲੀ ਅਡੇਟ ਹੈਗੀ ਨਾਲ ਉਹਦੇ ਰੋਸਟ ਕਿੱਦਾਂ ਹੋ ਗਈ ਹੈ ਪਰ ਫਿਰ ਵੀ ਅਗਲਾ ਪੁਆਇੰਟ ਸਭ ਤੋਂ ਇੰਟਰਸਟਿੰਗ ਪੁਆਇੰਟ 2024 ਦੇ ਵਿੱਚ ਕਹਿੰਦੇ ਕਿ ਹਾਂ ਮੈਂ ਆਪਣੇ ਚੈਨਲ ਉੱਪਰ ਇਹਨਾਂ ਦੀ ਪਰਸਨਲ ਵੀਡੀਓ ਪੋਸਟ ਕੀਤੀ ਉਹ ਪਰਸਨਲ ਵੀਡੀਓ ਮੈਂ ਦੱਸਾਂ ਕੀ ਹੁੰਦਾ ਮੇਰੇ ਕੋਲ ਉਹ ਹੈਗਾ ਆ ਪਾਵਰ ਬੈਂਕ ਤੁਹਾਨੂੰ ਪਤਾ ਕਿਹੜੇ ਲੱਗਦਾ ਨਹੀਂ ਤੁਸੀਂ ਦੇਖਿਆ ਨਹੀਂ ਉਹ ਮੇਰਾ ਪਰਸਨਲ ਪਾਵਰ ਬੈਂਕ ਆ ਮੇਰੇ ਕੋਲ ਪਾਵਰ ਬੈਂਕ ਹੈਗਾ ਆ ਤੁਹਾਨੂੰ ਪਤਾ ਲੱਗਿਆ ਕਿ MI ਕੰਪਨੀ ਆ ਲਿਖਿਆ ਹੋਇਆ ਮੇ ਬੀ ਕੁਛ ਹੋ ਜਾਵੇ MI ਕੰਪਨੀ ਦਾ ਜੀ ਨੀਲੇ ਕਾਲਾ ਜੋ ਵੀ ਰੰਗ ਆ ਉਹਦਾ ਆ ਹੁਣ ਪਤਾ ਲੱਗ ਗਿਆ ਨਾ ਮੇਰੇ ਕੋਲ ਕਿਹੜਾ ਪਾਵਰ ਬੈਂਕ ਆ ਇਹ ਹੋ ਗਿਆ ਸੋਸ਼ਲ ਜੋ ਤੱਕ ਥੱਲੇ ਸੀ ਕੈਮਰੇ ਦੇ ਪਾਰ ਸੀ ਪਰਸਨਲ ਕੈਮਰੇ ਵਿੱਚ ਆਇਆ ਉਹ ਹੋ ਗਿਆ ਸੋਸ਼ਲ ਤੁਹਾਡੀ ਵੀਡੀਓ ਮੈਂ ਕਿਸੇ XYZ ਪੇਜ ਤੋਂ ਵੀ ਚੱਕ ਸਕਦਾ ਪਰ ਉਸ ਤੋਂ ਇਲਾਵਾ ਤੁਸੀਂ ਆਪਣੀ ਕਿਸ ਕਰਦੇ ਨੇ ਆਪਣੀ ਗੱਡੀ 'ਚ ਬਹਿ ਕੇ ਵੀਡੀਓ ਆਪਣੇ ਆਪ ਆਪਣੇ ਸਨੈਪਚੈਟ 'ਤੇ ਪਾਈ ਸੀ ਸੋ ਪਰਸਨਲ ਕਿੱਦਾਂ ਹੋ ਗਈ ਪਰਸਨਲ ਤਾਂ ਹੋਈ ਨਾ ਤੁਹਾਡੇ ਫੋਨ ਦੇ ਵਿੱਚ ਤੁਹਾਡੀ ਗੈਲਰੀ 'ਚੋਂ ਕੱਢੀ ਹੋਵੇ ਆਪ ਜਾਂ ਕਿਸੇ ਥਰੂ ਕਢਵਾਈ ਹੋਵੇ ਸੋਸ਼ਲ ਮੀਡੀਆ 'ਤੇ ਜੋ ਚੀਜ਼ ਹੈਗੀ ਉਹ ਪਰਸਨਲ ਕਿੱਦਾਂ ਹੋ ਗਈ ਪਰਸਨਲ ਵੀਡੀਓ ਪਾ ਚੁੰਮੀਆਂ ਕਰੋ ਤੁਸੀਂ ਪਾਓ ਪੋਸਟ ਤੁਸੀਂ ਫਸੀਏ ਕੌਣ ਅਸੀਂ ਇਹ ਵੀ ਸਾਰਾ ਕੁਝ ਠੀਕ ਫਿਰ ਗੱਲ ਸੁਣੋ ਅੱਗੇ ਇਹਨਾਂ ਨੇ ਮੇਰੇ ਇੱਕ ਹੋਰ ਸੈਕਸ਼ਨ ਵਿੱਚ ਗੱਲ ਕੀਤੀ ਕਿ ਮੈਂ ਵੂਮਨ ਦੀ ਇਨਸਲਟ ਵਾਲਾ ਸੈਕਸ਼ਨ ਕੁਛ ਇੱਦਾਂ ਦਾ ਡਿਫੀਮੇਸ਼ਨ ਦਾ ਸੈਕਸ਼ਨ ਵੱਖਰਾ ਕ੍ਰਿਮੀਨਲ ਇੰਟੀਮੇਸ਼ਨ ਕ੍ਰਿਮੀਨਲ ਇੰਟੀਮੇਸ਼ਨ ਵਾਹ ਮੈਨੂੰ ਇਹ ਨਹੀਂ ਸਮਝ ਆਉਂਦੀ ਇੱਕ ਇਹਨਾਂ ਨੇ ਲਾਈਨਾਂ ਮੈਂਸ਼ਨ ਕੀਤੀਆਂ ਕਿਹੜੀਆਂ ਕਿ ਹਾਂ ਚੀਕਾਂ ਨਾ ਮਾਰੀਆਂ ਫਿਰ ਕਹੀਂ ਬਲੌਕ ਇਜ਼ ਨੋਟ ਅ ਸਲਿਊਸ਼ਨ ਮੈਂ ਇਹ ਲਿਖਿਆ ਕਿ ਬਲੌਕ ਸਲਿਊਸ਼ਨ ਨਹੀਂ ਆ ਅਗਰ ਬਲੌਕ ਕਰੂੰਗਾ ਤਾਂ ਫਿਰ ਨਾ ਕਿਉਂਕਿ ਹਾਂ ਚੀਕਾਂ ਮਾਰੀਆਂ ਫਿਰ ਆਇਆ ਕਿ ਹਾਂ ਲਗਾਉਣ ਰੀਲਾਂ ਵਾਲੇ ਇਹ ਮੈਸੇਜ ਸ਼ੋਅ ਨਹੀਂ ਕੀਤਾ ਇਹਨਾਂ ਨੇ ਪਰ ਇਹਨਾਂ ਪਤਾ ਕਿਹੜਾ ਮੈਸੇਜ ਸ਼ੋਅ ਕੀਤਾ ਬੇਬੀ ਨੂੰ ਵੀ ਕਹਿ ਦਿਓ ਨੰਬਰ ਚੇਂਜ ਕਰ ਲਏ ਯਾਨੀ ਕਿ ਇਹ ਪ੍ਰੂਵ ਕਰਨ ਜਾਂਦਾ ਕਿ ਮੈਂ ਧਮਕੀਆਂ ਦੇਣ ਡਿਆ ਕਿ ਨਹੀਂ ਮੈਂ ਤੁਹਾਡੀ ਜ਼ਿੰਦਗੀ ਖਰਾਬ ਕਰਨੀ ਹੈ ਜਦਕਿ 12 ਮਿੰਟ ਮੇਰਾ ਫੋਨ 'ਤੇ ਗੱਲ ਕਰਕੇ 12 ਕਿ 24 ਮਿੰਟ ਜੋ ਵੀ ਫੋਨ 'ਤੇ ਗੱਲ ਕਰਕੇ ਬਕਵਾਸ ਕਰਕੇ ਹੱਡੀ ਸੀ ਕਿ ਤੂੰ ਜੋ ਕਰਨਾ ਕਰ ਲਾ ਅਸੀਂ ਕੁਛ ਨਹੀਂ ਕਰ ਸਕਦੇ ਅਸੀਂ ਕੁਛ ਕਰਨਾ ਨਹੀਂ ਚਾਹੁੰਦੇ ਤੇਰੇ ਮੂੰਹ ਨਹੀਂ ਲੱਗਣਾ ਚਾਹੁੰਦੇ ਤੂੰ ਲੋਕਾਂ ਦੀਆਂ ਧੀਆਂ ਭੈਣਾਂ ਬਾਰੇ ਬੋਲ ਕੇ ਪੈਸੇ ਕਮਾਉਣਾ ਜਦ ਤੁਹਾਡੀਆਂ ਤੁਹਾਡੇ ਲਈ ਵਧੀਆ ਸੀਗਾ ਮੈਂ ਜਦੋਂ ਤੱਕ ਮੈਂ ਤੁਹਾਡੇ 'ਤੇ ਕੋਈ ਰੋਸਟ ਨਹੀਂ ਬਣਾਇਆ ਤੁਹਾਡੇ ਲਈ ਵਧੀਆ ਸੀ ਜਦੋਂ ਤੁਹਾਡੀ ਗਲਤੀ ਉੱਤੇ ਰੋਸਟ ਬਣਾਉਂਦਾ ਕਿ ਬਾਬੇ ਦੀ ਪ੍ਰਮੋਸ਼ਨ ਕਰਦੇ ਫਿਰਦੇ ਹੋ ਕਿਹੜੀ ਗਲਤੀ ਚਾਹੀਦੇ ਕੰਮ ਆਪਣੇ ਗੁਰੂਆਂ ਪੀਰਾਂ 'ਤੇ ਆਪਣੇ ਰੱਬ 'ਤੇ ਭਰੋਸਾ ਹੈ ਨਹੀਂ ਅਤੇ ਮੈਂ ਗਲਤ ਹੋ ਗਿਆ ਕਾਪੀਰਾਈਟ ਸਟ੍ਰਾਈਕ ਪਾਤੀ ਚੈਨਲ 7 ਦਿਨ ਲਈ ਬੰਦ ਵਾਹ ਮੈਂ ਇੰਨਾ ਕਿਉਂ ਕਮਜ਼ੋਰ ਮੈਦਾ ਰੱਖਦੇ ਹੋ ਨਾਲੇ ਗੱਲ ਯਾਦ ਰੱਖੀਓ ਮੈਂ 3 ਗੱਲਾਂ ਕਹੀਆਂ ਪਹਿਲੀ ਗੱਲ ਮੈਂ ਕਹੀ ਸੀਗੀ ਕਿ ਹਾਂ ਕੁੜੀਆਂ 'ਤੇ ਬੋਲ ਕੇ ਪੈਸੇ ਕਮਾਉਣ ਵਾਲਾ ਬੰਦਾ ਇਹਨਾਂ ਨੇ ਕਿਹਾ ਪਹਿਲੀ ਗੱਲ ਦੂਜੀ ਗੱਲ ਇੱਕ ਇਹਨਾਂ ਨੇ ਯੂਜ਼ ਕੀਤਾ ਆ ਲੋ ਸੈਕਸ਼ਨ ਯੂਜ਼ ਕੀਤਾ ਆ ਇਨਸਲਟ ਆਫ ਵੂਮੈਨ 2 ਤੀਜੀ ਗੱਲ ਜਿਹੜੀ ਮੈਂ ਦੱਸਣੀ ਸੀ ਐਂਡ 'ਚ ਆ ਤੁਹਾਨੂੰ ਨੋਟਿਸ ਦਿੱਤਾ ਜਾਂਦਾ ਆ ਕਿ ਹਾਂ ਤੂੰ ਆਪਣੀ ਸਾਰੀ ਸਿਚੁਏਸ਼ਨ ਰੀਸਰਟੀਫਾਈ ਕਰ ਸਕਦਾ ਆ ਸਾਰਾ ਕੁਛ ਸਹੀ ਕਰ ਸਕਦਾ ਆ ਮਤਲਬ ਕਿ ਲੋਕਾਂ ਦੀ ਮਾਵਾਂ ਭੈਣਾਂ 'ਤੇ ਬੋਲ ਕੇ ਪੈਸਾ ਕਮਾਉਣ ਵਾਲਾ ਬੰਦਾ ਅਤੇ ਨਾਲ ਦੇ ਨਾਲ ਮੈਂ ਵੂਮਨ ਦੀ ਇਨਸਲਟ ਕਰਨ ਵਾਲਾ ਬੰਦਾ 5 ਲੱਖ ਰੁਪਏ ਦੇ ਕੇ ਹੀਰੇ ਵਰਗਾ ਬਣ ਸਕਦਾ ਸਾਫ ਮਤਲਬ ਕਿ 5 ਲੱਖ ਰੁਪਏ ਮੰਗਿਆ ਮੇਰੇ ਤੋਂ ਕਿ ਹਾਂ ਨਹੀਂ ਸਾਨੂੰ 5 ਲੱਖ ਦੇ 15 ਦਿਨਾਂ ਦੇ ਵਿੱਚ ਨਹੀਂ ਤਾਂ ਤੇਰੇ 'ਤੇ ਹੀ ਪਰਚਾ ਕਰਾਵਾਂਗੇ ਕਿਹੜੀ ਗੱਲ ਦਾ ਝੂਠ ਬੋਲਣ ਦਾ ਝੂਠ 36 ਚੀਜ਼ਾਂ ਤੁਸੀਂ ਝੂਠ ਬੋਲੀਆਂ A to Z ਸਾਰੀ ਰਿਕਾਰਡਿੰਗ ਹੁਣੇ ਮੈਂ ਤੁਹਾਨੂੰ ਚੱਲ ਮੈਂ ਕਿਹਾ ਦੱਸਾਂ ਆਪਣਾ ਵਕੀਲ ਦਾ ਨਾਮ ਕੀ ਆ ਮੈਂ ਸਾਰਾ ਕੁਛ ਉਹਨੂੰ ਭੇਜ ਗਿਆ ਟੈਕਿੰਗ ਕਹਿੰਦੇ ਕੋਈ ਚੱਕਰ ਨਹੀਂ 15 ਦਿਨ ਵੇਟ ਕਰ ਤੈਨੂੰ ਕੋਈ ਦੁਬਾਰਾ ਨੋਟਿਸ ਆਉਂਦਾ ਤੂੰ ਡਿਫੀਮੇਸ਼ਨ ਦੇ ਨਾਲ ਬਲੈਕਮੇਲ ਦਾ ਵੀ ਪਾਈ ਕਿ ਹਾਂ ਜਿਹੜੀ ਚੀਜ਼ ਇਹਨਾਂ ਨੇ ਮੈਂਸ਼ਨ ਕੀਤੀ ਸਾਰੀ ਝੂਠ ਸਿਰਫ ਇੱਕ ਚੀਜ਼ ਮੰਨ ਸਕਦਾ ਜਿਹੜੀ ਇਹਨਾਂ ਨੇ ਕਿਹਾ ਕਿ ਹਾਂ ਨਹੀਂ ਕਿਸਿੰਗ ਵੀਡੀਓ ਕਹੀ ਬਟ ਉਹ ਵੀ ਪਰਸਨਲ ਨਹੀਂ ਗਈ ਸੋਸ਼ਲ ਮੀਡੀਆ 'ਤੇ ਚੱਕੀ ਗਈ ਚੀਜ਼ ਉਹ ਵੀ ਮੈਂ ਟਿੱਪਣੀ ਨਹੀਂ ਕੀਤੀ ਇਹਨਾਂ ਨੇ ਇੱਕ ਰਿਪੋਰਟ ਪਾਈ ਸੀ ਇੰਡੀਆ 'ਚ ਵੀਡੀਓ ਬਲੌਗ ਉੱਦਾਂ ਵੀ ਮੇਰੀ ਅਤੇ ਇਹਨਾਂ ਨੇ ਰਿਪੋਰਟ ਪਾਈ ਸੀ ਪਰ ਬਲਰ ਵੀ ਕਰਤੀ ਸੀ ਵੀਡੀਓ ਫੇਰ ਯੂਜ਼ ਅੰਡਰ ਕਿੱਥੇ ਗਿਆ ਤੁਹਾਡਾ ਚਲੋ ਕੋਈ ਗੱਲ ਨਹੀਂ ਚੈੱਕਰ ਇਟਸ ਓਕੇ ਫਾਈਨ ਇਹ ਦੱਸਣਾ ਸੀਗਾ ਕਿ ਇੰਟਰਨੈਸ਼ਨਲ ਕਮਾਈ ਕੈਨੇਡਾ 'ਚ ਮੈਨੂੰ ਲੱਗਦਾ ਨਹੀਂ ਹੈਗੀ ਤਾਂ ਹੀ 5 ਲੱਖ ਰੁਪਏ ਮੰਗਿਆ ਗਿਆ ਆ ਅਤੇ ਮੇਰੇ ਵੱਲੋਂ 5 ਲੱਖ ਛੱਡੋ 5 ਰੁਪਏ ਨਹੀਂ ਦਿੱਤੇ ਜਾਂਦੇ ਕਿਉਂਕਿ 2-3 ਸਾਲ ਮੇਰਾ ਵਿਆਹ ਦਾ ਕੋਈ ਪ੍ਰੋਗਰਾਮ ਹੈ ਨਹੀਂਗਾ ਸੋ ਜੋ ਤੁਸੀਂ ਕਰਨਾ ਕਰੋ ਵੈਸੇ ਮੈਨੂੰ ਪਤਾ ਇਹਨਾਂ ਲੀਗਲ ਨੋਟਿਸ ਕਿਉਂ ਭੇਜੇ ਤਾਂ ਕਿ ਮੇਰੀ ਵੀਡੀਓ 'ਤੇ ਸਟ੍ਰਾਈਕ ਪੈ ਸਕੇ
ਹੋਰ ਕੁਛ ਨੀ। ਇਸ ਲਈ ਅਗਰ ਤੁਸੀਂ ਸ਼ੇਅਰ ਤੁਸੀਂ ਸਵਾ ਸ਼ੇਅਰ, ਤੁਸੀਂ ਬਥੇਰੀਆਂ ਗੱਲਾਂ ਮੈਨੂੰ ਦੱਸੀਆਂ ਯਾਦ ਆ, ਰਿਕਾਰਡਿੰਗ ਪਈ ਆ ਮੇਰੇ ਤੋਂ ਤੁਹਾਡੇ ਭਰਾ ਦੇ ਪੈਸੇ ਮੰਗਣ ਦੀਆਂ, ਫੋਲੋਅਰ ਪਵਾਉਣ ਦੀਆਂ, ਤੰਗ ਹੋਣ ਦੀਆਂ, ਬਲਾ ਬਲਾ ਏ ਟੂ ਜੈਡ, ਯਾਦ ਆ? ਨਹੀਂ ਨਾ, ਯਾਦ ਕਰਾ ਦਿੰਦਾ ਮੈਂ ਸਾਰਾ ਕੁਛ ਆਪਣੇ ਲੋਇਰ ਨੂੰ ਦਊਂਗਾ ਜਦੋਂ ਤੁਸੀਂ ਅਗਲਾ ਨੋਟਿਸ ਭੇਜੋਗੇ ਉਦੋਂ। ਉਦੋਂ ਤੱਕ ਟਾਟਾ ਟੇਕਰ, ਬਾਏ ਬਾਏ। 5 ਲੱਖ ਛੱਡੋ, 10 ਲੱਖ ਦੀ ਐਲਾਨ ਤਾਂ ਦਿਓ, ਬਾਏ।